ਪਿਆਰੇ ਦਰਸ਼ਕੋ ਅੱਜ ਆਪਾਂ ਸਿਕੰਦਰ ਦੇ ਜੀਵਨ ਨਾਲ ਜੁੜੀ ਇੱਕ ਹੋਰ ਘਟਨਾ ਤੋਂ ਇੱਕ ਸਬਕ ਸਿੱਖਾਂਗੇ ਇਹ ਘਟਨਾ ਦੰਦ ਕਥਾ ਵਜੋਂ ਪ੍ਰਚਲਿਤ ਹੈ ਵਿਧੇਰੇ ਕਰਕੇ ਜਦ ਸਿਕੰਦਰ ਹੋਰ ਬਹੁਤ ਸਾਰੇ ਮੁਲਕ ਫੁਦੇ ਕਰਨ ਤੋਂ ਬਾਅਦ ਭਾਰਤ ਵੱਲ ਪਰਤਦਾ ਹੈ ਤੇ ਭਾਰਤ ਦੇ ਕੁਝ ਰਿਆਸਤਾਂ ਨੂੰ ਫਤਿਹ ਵੀ ਕਰ ਲੈਂਦਾ ਹੈ ਤੇ ਉਸ ਦੀ ਜਿਹੜੀ ਸੈਨਾ ਹੈ ਉਹ ਜਾ ਰਹੀ ਹੁੰਦੀ ਹੈ ਕਾਫਲਾ ਜਾ ਰਿਹਾ ਹੁੰਦਾ ਹੈ ਤੋਂ ਇੱਕ ਥਾਂ ਤੇ ਸਿਕੰਦਰ ਰੁਕਦਾ ਹੈ ਤੇ ਉਹ ਕੀ ਦੇਖਦਾ ਹੈ ਕਿ ਸੜਕ ਤੋਂ ਥੋੜੀ ਜੀ ਦੂਰ ਇੱਕ ਪਾਸੇ ਇੱਕ ਕੁਟਿਆ ਅੱਗੇ ਇੱਕ ਵਿਅਕਤੀ ਕੋਈ ਵਿਅਕਤੀ ਬੈਠਾ ਹੈ ਉਤਸੁਕਤਾ ਵਸ ਸਿਕੰਦਰ ਆਪਣੇ ਪੰਚਰ ਸੈਨਿਕ ਭੇਜਦਾ ਹੈ ਕਿ ਉਸ ਵਿਅਕਤੀ ਨੂੰ ਮੇਰੇ ਕੋਲ ਬੁਲਾ ਕੇ ਲਿਆਓ ਉਹ ਜਾ ਕੇ ਉਸ ਦਰવેશ ਵਕੀਰ ਨੂੰ ਜੋ ਆਪਣੀ ਮਸਤੀ ਵਿੱਚ ਬੈਠਾ ਹੈ ਤਾਂ ਉਸ ਨੂੰ ਕਹਿੰਦੇ ਹਨ ਕਿ ਤੁਹਾਨੂੰ ਸਿਕੰਦਰ ਸਮਰਾਟ ਨੇ ਬੁਲਾਇਆ ਹੈ ਉਹ ਥੋੜਾ ਜਿਹਾ ਉਹਨਾਂ ਵੱਲ ਦੇਖਦਾ ਹੈ ਤੇ ਦੇਖ ਕੇ ਕਹਿੰਦਾ ਹੈ ਕਿ ਮੈਨੂੰ ਤਾਂ ਉਸ ਤੱਕ ਕੋਈ ਕੰਮ ਨਹੀਂ ਅਗਰ ਉਸ ਨੂੰ ਕੋਈ ਕੰਮ ਹੈ ਤਾਂ ਉਹ ਇੱਥੇ ਮੇਰੇ ਕੋਲ ਆ ਸਕਦਾ ਹੈ ਸਵਾਗਤ ਹੈ ਉਹ ਜਾ ਕੇ ਇਹੀ ਜਵਾਬ ਸਿਕੰਦਰ ਨੂੰ ਦਿੰਦੇ ਹਨ ਸਿਕੰਦਰ ਬੜਾ ਹੈਰਾਨ ਹੁੰਦਾ ਹੈ ਕਿ ਕੀ ਕੋਈ ਅਜਿਹਾ ਵਿਅਕਤੀ ਵੀ ਹੈ ਜੋ ਮੈਨੂੰ ਜਵਾਬ ਦੇ ਦੇਵੇ ਜਾਂ ਮੈਨੂੰ ਨਾ ਜਾਣਦਾ ਹੋਵੇ ਤੇ ਫਿਰ ਸਿਕੰਦਰ ਖੁਦ ਚੱਲ ਕੇ ਆਉਂਦਾ ਹੈ ਤੇ ਆ ਕੇ ਪ੍ਰਣਾਮ ਕਰਕੇ ਕਿਉਂਕਿ ਸਿਕੰਦਰ ਦੇ ਵਿੱਚ ਇੱਕ ਗੁਣਤਾ ਸੀ ਨਾ ਕਿ ਆਪਣੇ ਗੁਰੂ ਅਰਸਤੂ ਦੀ ਕੰਪਨੀ ਕਰਕੇ ਤਾਂ ਉਸ ਦੇ ਵਿੱਚ ਕਾਫੀ ਇਨਸਾਨੀ ਗੁਣ ਆ ਗਏ ਸਨ ਕਾਫੀ ਨੈਤਿਕ ਕਦਰਾਂ ਕੀਮਤਾਂ ਦੇ ਸਨ ਉਹ ਪ੍ਰਵੇਸ਼ ਕਰ ਗਈਆਂ ਸਨ ਇੱਕ ਅੱਛਾ ਇਨਸਾਨ ਬਣ ਗਿਆ ਸੀ ਤਾਂ ਉਹ ਉਸ ਮਹਾਤਮਾ ਪੁਰਸ਼ ਨੂੰ ਉਸ ਦਰਵੇਸ਼ ਨੂੰ ਫਕੀਰ ਨੂੰ ਪੁੱਛਦਾ ਹੈ ਕਿ ਤੁਸੀਂ ਜਾਣਦੇ ਹੋ ਮੈਂ ਕੌਣ ਹਾਂ ਉਹ ਕਹਿਣ ਲੱਗੇ ਨਹੀਂ ਪਰ ਇਹ ਕੁਝ ਦੱਸ ਰਹੇ ਹਨ ਜੋ ਇਹ ਦੱਸ ਰਹੇ ਹਨ ਤੋ ਜੀਆ ਤੁਸੀਂ ਦੱਸੋ ਉਹ ਕਹਿੰਦਾ ਮੈਂ ਸਿਕੰਦਰ ਹਾਂ ਸਿਕੰਦਰ ਜਿਸ ਨੇ ਅੱਧੀ ਦੁਨੀਆ ਫਤਿਹ ਕਰ ਲਈ ਹੈ ਔਰ ਸਾਰਾ ਸੰਸਾਰ ਫਤਿਹ ਕਰਾਂਗਾ ਉਹ ਕਹਿੰਦਾ ਠੀਕ ਹੈ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਹੋਵੋਗੇ ਪਰਵਾਹ ਨਹੀਂ ਕਰਦਾ ਸਿਕੰਦਰ ਫਿਰ ਥੋੜੀ ਜੀ ਧਮਕੀ ਦਿੰਦਾ ਹੈ ਕਹਿੰਦਾ ਜੇ ਮੈਂ ਚਾਹਾਂ ਤੇ ਹੁਣੇ ਤੁਹਾਨੂੰ ਮੌਤ ਦੇ ਘਾਟ ਉਤਰਵਾ ਸਕਦਾ ਹਾਂ ਤੁਹਾਡੀ ਮੌਤ ਕਰ ਸਕਦਾ ਹਾਂ ਉਹ ਦਰਵੇਸ਼ ਜਵਾਬ ਦਿੰਦਾ ਹੈ ਕਹਿੰਦਾ ਤੁਸੀਂ ਚਾਹੋ ਜਾਂ ਨਾ ਚਾਹੋ ਜਦ ਮੇਰਾ ਸਮਾਂ ਆ ਗਿਆ ਤੇ ਮੇਰੀ ਮੌਤ ਅਵਸ਼ਅਿ ਆਏਗੀ ਫਿਰ ਉਸ ਨੂੰ ਕੋਈ ਟਾਲ ਨਹੀਂ ਸਕੇਗਾ ਇਸ ਨਾਲ ਤੁਹਾਡੇ ਚਾਹਣ ਜਾਂ ਨਾ ਚਾਹਣ ਦਾ ਕੋਈ ਸੰਬੰਧ ਨਹੀਂ ਹੈ ਤੋ ਸਿਕੰਦਰ ਦੇਖਦਾ ਹੈ ਕਿ ਬੜਾ ਬੇਪਰਵਾਹ ਬੰਦਾ ਹੈ ਫਿਰ ਉਹ ਕਹਿੰਦਾ ਹੈ ਕਿ ਅਛਾ ਜੋ ਤੁਸੀਂ ਚਾਹੋ ਮੈਥੋਂ ਮੰਗ ਸਕਦੇ ਹੋ ਮੈਂ ਤੁਹਾਡੀ ਹਰ ਇੱਛਾ ਪੂਰੀ ਕਰਾਂਗਾ ਤੇ ਫਕੀਰ ਪਤਾ ਕੀ ਮੰਗਦਾ ਕਹਿੰਦਾ ਠੀਕ ਹੈ ਅਗਰੇ ਹੀ ਗੱਲ ਹੈ ਠੀਕ ਹੈ ਫਿਰ ਐਦਾਂ ਕਰੋ ਤੁਸੀਂ ਇਥੋਂ ਜਰਾ ਇੱਕ ਪਾਸੇ हट ਜਾਓ ਮੈਨੂੰ ਧੁੱਪ ਪਾਉਣ ਦਿਓ ਮੈਂ ਧੁੱਪ ਸਿੱਖਣੀ ਚਾਹੁੰਦਾ ਹਾਂ ਤੇ ਸਿਕੰਦਰ ਦੇਖਦਾ ਹੈ ਕਿ ਵਈ ਇਹ ਦਰਵੇਸ਼ ਤਾਂ ਮੈਥੋਂ ਵੀ ਵੱਡਾ ਬਾਦਸ਼ਾਹ ਹੈ ਇਸ ਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਤੇ ਉਹ ਪ੍ਰਣਾਮ ਕਰਕੇ ਵਾਪਸ ਚੱਲ ਪੈਂਦਾ ਹੈ ਤੇ ਇਦਾਂ ਸੀ ਉਸ ਦੀ ਇਹ ਭਾਰਤ ਦੇ ਵਿੱਚ ਪੰਜਾਬ ਸਾਈਡ ਤੇ ਉਹ ਆਉਂਦਾ ਹੈ ਤਾਂ ਇਹ ਇੱਕ ਮੁਲਾਕਾ ਕਿੰਨਾ بے ਪਰਵਾਹ ਹੈ ਕਿੰਨਾ ਮਸਤ ਹੈ ਕੋਈ ਪਰਵਾਹ ਨਹੀਂ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਸੋ ਇਹ ਸੀ ਇੱਕ ਛੋਟੀ ਜੀ ਕਹਾਣੀ ਬਹੁਤ ਧੰਨਵਾਦ ਗੋਡ ਬlesਸ ਯੂ